ਅਸੀਂ ਲਾਡੋਵਾਲ ਟੋਲ ਪਲਾਜ਼ਾ ਤੇ ਖੜੇ ਹਾਂ ਜਿੱਥੇ ਅੱਜ 15ਵੇਂ ਦਿਨ ਦੇ ਵਿੱਚ ਜਿਹੜਾ ਕਿਸਾਨਾਂ ਦਾ ਉਹ ਪ੍ਰਦਰਸ਼ਨ ਜਿਹੜਾ ਉਹ ਲਗਾਤਾਰ ਜਾਰੀ ਹੈ ਔਰ ਉਹਨਾਂ ਦਾ ਇਹ ਕਹਿਣਾ ਸੀ ਕਿ 30 ਤਰੀਕ ਨੂੰ ਅਸੀਂ ਪੱਕੇ ਤੌਰ ਤੇ ਜਿਹੜੀ ਹੈ ਤਾਲਾਬੰਦੀ ਕਰ ਦਾਂਗੇ। ਸਭ ਤੋਂ ਪਹਿਲਾਂ ਤਸਵੀਰਾਂ ਦਿਖਾਵਾਂਗੇ ਕਿ ਉਹਨਾਂ ਦੀ ਜਿਹੜੀ ਸਟੇਜ ਦਾ ਪ੍ਰੋਗਰਾਮ ਹੈ ਉਸ ਨੂੰ ਲੈ ਕੇ ਵੀ ਜਿਹੜੀਆਂ ਕਿਸਾਨਾਂ ਨੇ ਜਿਹੜੀਆਂ ਤਿਆਰੀਆਂ ਨੇ ਉਹ ਮੁਕੰਮਲ ਕਰ ਲਈਆਂ ਨੇ। ਇਸ ਤੋਂ ਇਲਾਵਾ ਜਿਹੜੀਆਂ ਵੱਖ ਵੱਖ ਜਥੇਬੰਦੀਆਂ ਨੇ, ਸਹਿਯੋਗੀ ਜਥੇਬੰਦੀਆਂ ਨੇ, ਉਹਨਾਂ ਦਾ ਜਿਹੜਾ ਇੰਤਜ਼ਾਰ ਕੀਤਾ ਜਾ ਰਿਹਾ। ਹਾਲਾਂਕਿ ਜਿਹੜਾ ਸਟੇਜ ਦਾ ਪ੍ਰੋਗਰਾਮ ਹੈ ਉਹ 11 ਵਜੇ ਦੇ ਕਰੀਬ ਚੱਲੇਗਾ ਤਾਂ ਗੱਲਬਾਤ ਵੀ ਕਰਾਂਗੇ ਜਿਹੜੇ ਦੁਆਬਾ ਜਥੇਬੰਦੀ ਦੇ ਪ੍ਰਧਾਨ ਨੇ। ਆਖਿਰ ਸਰ ਅੱਜ ਜਿਹੜੀ ਤਾਲਾਬੰਦੀ ਕੀਤੀ ਜਾਣੀ ਹੈ ਕਿੰਨੇ ਵਜੇ ਦਾ ਸਮਾਂ ਔਰ ਕਿਸ ਤਰੀਕੇ ਦੇ ਨਾਲ ਤਿਆਰੀਆਂ, ਕੋਈ ਗੱਲਬਾਤ ਹੋ ਪਾਈ ਹੈ? ਜੀ ਬਿਲਕੁਲ ਜੀ, ਜਿਹੜੀ ਤਾਲਾਬੰਦੀ ਦਾ ਪ੍ਰੋਗਰਾਮ ਆ ਉਹ ਸਾਡਾ ਅਧਿਕਾਰੀਆਂ ਨਾਲ ਵੀ ਕੱਲ੍ਹ ਗੱਲਬਾਤ ਹੋਈ ਆ ਔਰ ਜਿਹੜੇ ਇੱਥੋਂ ਦੇ ਮੁੰਡੇ ਕੰਮ ਕਰਦੇ ਆ ਮੈਨੇਜਰ ਸਾਹਿਬ ਉਹਨਾਂ ਨੂੰ ਵੀ ਸਾਰਿਆਂ ਨੂੰ ਅਸੀਂ ਦੱਸਤਾ ਵੀ 30 ਤਰੀਕ ਨੂੰ ਅਸੀਂ ਇਹ ਕੰਮ ਕਰਨਾ ਔਰ ਅਸੀਂ ਅੱਜ 11 ਵਜੇ ਸਟੇਜ ਦੀ ਕਾਰਵਾਈ ਸ਼ੁਰੂ ਕਰਕੇ 2:30-3 ਵਜੇ ਸਮਾਪਤੀ ਕਰਕੇ ਅਸੀਂ ਇਹ ਪ੍ਰੋਗਰਾਮ ਕਰ ਦਾਂਗੇ। ਕੀ ਕੋਈ ਗੱਲਬਾਤ ਹੋ ਪਾਈ ਹੈ ਕਿਸੇ ਅਧਿਕਾਰੀਆਂ ਦੇ ਨਾਲ, ਕਿਉਂਕਿ ਲਗਾਤਾਰ 15 ਦਿਨਾਂ ਤੋਂ ਤੁਹਾਡਾ ਪ੍ਰਦਰਸ਼ਨ ਜਾਰੀ ਹੈ? ਕੱਲ੍ਹ ਵੀ ਕਿਹਾ ਜਾ ਰਿਹਾ ਸੀ ਕਿ ਅਧਿਕਾਰੀਆਂ ਦੇ ਨਾਲ ਮੀਟਿੰਗ ਹੋਵੇਗੀ, ਉਸ ਤੋਂ ਬਾਅਦ ਕੋਈ ਫੈਸਲਾ ਲਿਆ ਜਾ ਸਕਦਾ? ਦੇਖੋ ਜੀ, ਅਧਿਕਾਰੀ ਸਾਡੇ ਕੋਲ ਪਹਿਲਾਂ SDM ਸਾਹਿਬ ਆਏ ਸੀ, ਔਰ SDM ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤਾ ਸੀਗਾ ਔਰ ਉਸ ਤੋਂ ਬਾਅਦ ਸਾਡੇ ਕੋਲ ADCP ਸਾਹਿਬ ਆਏ ਸੀਗੇ, IG ਸਾਹਿਬ ਆਏ ਸੀ ਔਰ ਕੱਲ੍ਹ SDM ਸਾਹਿਬ, ADCP ਸਾਹਿਬ ਇਹ ਸਾਰੇ ਆਏ ਸੀ ਅਤੇ ਇਹਨਾਂ ਨੂੰ ਅਸੀਂ ਇਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਆਪਣਾ ਜਿਹੜੇ ਤੁਹਾਡੀਆਂ ਡਿਮਾਂਡਾਂ ਨੇ ਉਹ ਅਸੀਂ ਪੂਰੀਆਂ ਜਲਦ ਤੋਂ ਜਲਦ ਫਾਸਟ ਕਰਕੇ ਪੂਰੀਆਂ ਕਰਾਂਗੇ। ਹੁਣ ਕਿਸ ਤਰੀਕੇ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ, ਕਿਉਂਕਿ ਕਿਹਾ ਜਾ ਰਿਹਾ ਸੀ ਕੁਝ ਜਥੇਬੰਦੀਆਂ ਤੁਹਾਡੇ ਨਾਲ ਹੋਰ ਆ ਰਹੀਆਂ ਨੇ, ਤਾਂ ਉਹਨਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਜਾਂ ਅੱਗੇ ਤੁਹਾਡੇ ਵੱਲੋਂ ਜਿਵੇਂ 2:30 ਵਜੇ ਤੱਕ ਦਾ ਤੁਸੀਂ ਸਮਾਂ ਦਿੱਤਾ? ਦੇਖੋ ਜੀ, ਅੱਜ ਇੱਕ ਤਾਂ ਪਰਮਾਤਮਾ ਵੀ ਸਾਡੇ ਨਾਲ ਆ, ਮੌਸਮ ਬੜਾ ਵਧੀਆ ਹੋ ਗਿਆ ਔਰ ਜਿਹੜੀਆਂ ਜਥੇਬੰਦੀਆਂ ਦੀ ਗੱਲ ਅਸੀਂ ਦੱਸ ਰਹੇ ਹਾਂ, ਸਾਡੇ ਨਾਲ ਕਿਸਾਨ ਜਥੇਬੰਦੀਆਂ ਵੀ ਸਾਰੀਆਂ ਸਾਡੇ ਹੱਕ 'ਚ ਨੇ ਔਰ ਜਿਹੜੇ ਟਰੱਕ ਯੂਨੀਅਨ, ਟੈਕਸੀ ਯੂਨੀਅਨ, ਟੈਂਪੂ ਯੂਨੀਅਨ ਉਹ ਵੀ ਸਾਰੇ ਭਰਾ ਸਾਡੇ ਹੁੰਮ ਹੁਮਾ ਕੇ ਪਹੁੰਚਣਗੇ ਔਰ 11 ਵਜੇ ਦਾ ਅਸੀਂ ਟਾਈਮ ਦਿੱਤਾ ਸੀਗਾ, ਸੋ ਇਹ ਟਾਈਮ ਰਹਿੰਦਾ ਵਾ, ਜਦੋਂ ਸਾਰੇ ਆ ਜਾਣਗੇ ਫਿਰ ਆਪਾਂ ਸਟੇਜ ਦੀ ਕਾਰਵਾਈ ਸ਼ੁਰੂ ਕਰ ਦਾਂਗੇ। ਦਿਲਬਾਗ ਜੀ, ਤੁਸੀਂ ਸਮਾਂ ਦਿੱਤਾ ਸੀ ਕਿ ਤਾਲਾਬੰਦੀ ਕਰ ਦਿੱਤੀ ਜਾਵੇਗੀ, ਇੱਥੇ ਪੱਕਾ ਮੋਰਚਾ ਰਹੇਗਾ ਜਾਂ ਤਾਲਾਬੰਦੀ ਤੋਂ ਬਾਅਦ ਇਸ ਤੋਂ ਜਿਹੜਾ ਮੋਰਚਾ ਚੱਕ ਲਿਆ ਜਾਵੇਗਾ? ਵੈਸੇ ਮੋਰਚੇ ਦੀ ਤਾਂ ਕੋਈ ਜ਼ਰੂਰਤ ਨਹੀਂ ਹੈ,